ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹਾਲਾਤ ਨਾਜ਼ੁਕ ਬਣੇ ਹੋਏ ਨੇ, ਜਿਸ ਦੇ ਚੱਲਦਿਆਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਕਰੌੜ ਸਾਹਿਬ ਅਤੇ ਫੁੱਲਦ ਪਿੰਡ ਦੇ ਨਜ਼ਦੀਕ ਘੱਗਰ 'ਚ ਵੱਡਾ ਪਾੜ ਪੈ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਇਹ ਪਾੜ 60 ਫੁੱਟ ਦੇ ਕਰੀਬ ਪਹੁੰਚ ਚੁੱਕਿਆ। ਇਸ ਦੇ ਨਾਲ ਹੀ ਕਈ ਏਕੜ ਫਸਲ ਦਾ ਨੁਕਸਾਨ ਹੋਣ ਦੀ ਵੀ ਖਬਰ ਹੈ। ਸਾਡੇ ਸਹਿਯੋਗੀ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੰਜਾਬ ਵਿੱਚ ਲਗਾਤਾਰ ਬਾਰਿਸ਼ ਹੋਣ ਤੋਂ ਬਾਅਦ ਘੱਗਰ ਦਾ ਜਿਹੜਾ ਲੈਵਲ ਸੀਗਾ ਉਹ 750 ਦੇ ਨੇੜੇ ਚਲਾ ਗਿਆ। ਅੱਜ ਕੁਛ ਲੱਗਦਾ 4 ਘੰਟਿਆਂ ਦੇ ਵਿੱਚ ਜਿਹੜਾ 2 ਪੁਆਇੰਟ ਹੀ ਵਧਿਆ ਹੈ। ਤਾਂ ਕੱਲ੍ਹ ਲਗਾਤਾਰ 2-3 ਪੁਆਇੰਟ ਵੱਧ ਰਿਹਾ ਸੀਗਾ। ਹੁਣ ਅਸੀਂ ਦੇਖਿਆ ਇੱਥੇ ਘੱਗਰ ਦੇ ਵਿੱਚ ਇੱਕ ਫੁੱਲਦ ਪਿੰਡ ਦੇ ਕੋਲ ਇੱਕ ਜਿਹੜਾ ਬੰਨ੍ਹ ਟੁੱਟ ਗਿਆ ਸੀਗਾ। ਬੰਨ੍ਹ ਟੁੱਟਣ ਨਾਲ ਜਿਹੜਾ ਹੈਗਾ ਪਾਣੀ ਦੇ ਨਾਲ ਖੇਤਾਂ ਦਾ ਨੁਕਸਾਨ ਹੋ ਰਿਹਾ ਅਤੇ ਹੁਣ ਲੋਕ ਇੱਥੇ ਸਾਡੇ ਨਾਲ ਹੈ, ਬੰਨ੍ਹ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਗੱਲਬਾਤ ਕਰਨਾ ਚਾਹਾਂਗੇ ਜਿਹੜੇ ਸਵੇਰ ਤੋਂ ਇੱਥੇ ਕੰਮ ਕਰ ਰਹੇ ਨੇ ਲਗਾਤਾਰ। ਜੀ ਕੀ ਨਾਮ ਹੈ ਤੁਹਾਡਾ? ਹਾਂਜੀ, ਮੈਂ ਬਲਵੀਰ ਸਿੰਘ ਜੀ, ਪਿੰਡ ਫੁੱਲਦ ਤੋਂ ਬੋਲਦੇ। ਬਲਵੀਰ ਸਿੰਘ ਜੀ, ਕਿੰਨੇ ਕੁ ਵਜੇ ਜਿਹੜਾ ਹੋਇਆ ਸੀਗਾ ਇਹ ਬੰਨ੍ਹ ਟੁੱਟਿਆ ਸੀਗਾ? ਇਹ ਸਵੇਰੇ 7 ਵਜੇ ਟੁੱਟ ਗਿਆ ਸੀਗਾ ਜੀ। ਥੋੜ੍ਹਾ ਜਿਹਾ ਸੀਗਾ, ਅਸੀਂ 5-7 ਬੰਦੇ ਇੱਥੇ ਸੀਗੇ ਰਾਤ ਦੇ, ਅਤੇ ਹੌਲੀ ਹੌਲੀ ਵੱਧਦਾ ਵੱਧਦਾ ਪਾੜ ਹੁਣ 50 ਫੁੱਟ ਦਾ ਹੋ ਗਿਆ। ਇਹਨੂੰ ਰੋਕਣ ਦੀ ਸਵੇਰ ਤੋਂ ਕੋਸ਼ਿਸ਼ ਜਾਰੀ ਹੈ ਤੁਹਾਡੀ? ਕਿੱਕਰਾਂ ਨਾਲ ਵੀ ਤੁਸੀਂ ਕੀ ਕਰਿਆ ਸੀ? ਹਾਂਜੀ, ਪ੍ਰਸ਼ਾਸਨ ਨੇ ਵੀ ਸਾਨੂੰ, ਪ੍ਰਸ਼ਾਸਨ ਵੀ ਆਇਆ ਹੋਇਆ ਮਦਦ ਸਾਰੀ। ਬਾਕੀ ਥੋੜ੍ਹਾ ਜਿਹਾ ਮਿੱਟੀ ਘੱਟ ਹੋਣ ਕਰਕੇ ਨਾ ਜੀ ਉਹਦੀ ਦਿੱਕਤ ਆ ਰਹੀ ਹੈ ਸਾਨੂੰ, ਅਤੇ ਇਸ ਕਰਕੇ ਹੁਣ ਲੱਗੇ ਆ, ਕਈ ਪਿੰਡਾਂ ਦੇ ਬੰਦੇ ਲੱਗੇ ਹੋਏ ਆ ਜੀ, ਅਤੇ ਪ੍ਰਸ਼ਾਸਨ ਵੀ ਲੱਗਾ ਹੋਇਆ, ਕੰਮ ਚੱਲਦਾ ਜੀ। ਦੇਖੋ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਜੀ। ਕਿੰਨੀ ਏਕੜ ਦਾ ਨੁਕਸਾਨ ਲੱਗਦਾ ਤੁਹਾਨੂੰ? ਇਹ ਕਰੀਬ 1000 ਏਕੜ ਦਾ ਨੁਕਸਾਨ ਹੋਏਗਾ ਜੀ। ਇਹ ਤੁਹਾਨੂੰ ਲੱਗਦਾ ਵੀ ਸ਼ਾਮ ਤੱਕ ਇਹਨੂੰ ਪੂਰ ਲਿੱਤਾ ਜਾਊਗਾ ਜਿਸ ਹਿਸਾਬ ਨਾਲ ਕੰਮ ਚੱਲ ਰਿਹਾ ਸਪੀਡ ਨਾਲ? ਹਾਂਜੀ, ਜ਼ੋਰ ਤਾਂ ਪੂਰਾ ਲਾਵਾਂਗੇ, ਬਾਕੀ ਅੱਗੇ ਪਰਮਾਤਮਾ ਦੀ ਮਰਜ਼ੀ। ਤੁਹਾਨੂੰ ਲੱਗਦਾ ਨਹੀਂ ਪ੍ਰਸ਼ਾਸਨ ਨੂੰ ਚਾਹੀਦਾ ਇੱਥੇ ਆਰਮੀ ਬੁਲਾਉਣੀ ਜਾਂ ਕੁਛ ਹੋਰ? ਹਾਂਜੀ, ਅਸੀਂ ਮਦਦ ਮੰਗ ਕਰਦੇ ਹਾਂ ਵੀ ਪ੍ਰਸ਼ਾਸਨ ਨੂੰ ਆਰਮੀ ਭੇਜ ਕੇ ਇਹਨੂੰ ਜਿੰਨਾ ਵੀ ਜਲਦੀ ਹੋ ਸਕੇ, ਨਹੀਂ ਤਾਂ ਕਈ ਪਿੰਡਾਂ ਨੂੰ ਲੈ ਬੈਠੇਗਾ ਜੀ। ਇਹਨਾਂ ਪ੍ਰਸ਼ਾਸਨ ਨੇ ਕੋਈ ਪ੍ਰਬੰਧ ਹੋਰ ਕੀਤੇ ਬਾਹਰੋਂ ਫੋਰਸ ਮੰਗਾਉਣ ਦੇ ਜਾਂ NDRF ਦੀ ਟੀਮਾਂ ਬੁਲਾਉਣ ਦਾ? ਨਹੀਂ ਜੀ, ਉਹ ਨਹੀਂ ਕੀਤਾ। ਤੁਸੀਂ ਆਮ ਲੋਕ ਹੀ ਜਿਹੜੇ? ਹਾਂਜੀ, ਅਸੀਂ ਆਹ ਪਿੰਡਾਂ ਦੇ ਲੋਕ ਹਾਂ, ਬਾਕੀ ਜਿਹੜੇ ਮੋਹਤਬਾਰ ਆਗੂ ਆ ਪਿੰਡਾਂ ਦੇ ਉਹ ਨਹੀਂ ਹੈਗੇ ਸਾਰੇ, ਪ੍ਰਸ਼ਾਸਨ ਵੀ ਹੈਗਾ ਪਰ ਉਰੇ ਜਗ੍ਹਾ ਥੋੜ੍ਹੀ ਹੋਣ ਕਰਕੇ ਉਹ ਪੇਸ਼ ਨਹੀਂ ਚੱਲ ਰਹੀ। ਤੁਸੀਂ ਦੇਖ ਸਕਦੇ ਹੋ ਇੱਥੇ ਲੋਕਾਂ ਨੇ ਦੱਸਿਆ ਹੈ ਵੀ ਜਿਹੜੀ ਸਮੱਸਿਆ ਆ ਰਹੀ ਹੈਗੀ ਆ, ਸਮੱਸਿਆ ਆ ਰਹੀ ਹੈਗੀ ਆ ਵੀ ਇੱਥੇ ਆਰਮੀ ਦੀ ਲੋੜ ਪੈ ਸਕਦੀ ਹੈ, ਕਿਉਂਕਿ ਬੰਨ ਪਹਿਲਾਂ 30 ਫੁੱਟ ਡੂੰਘਾ ਸੀ, ਹੁਣ ਤੁਹਾਨੂੰ ਦਿਖਾ ਰਹੇ ਤਸਵੀਰਾਂ ਰਾਹੀਂ ਜਿਹੜਾ ਕਿ ਹੁਣ ਬੰਨ ਵੱਧਾ 60 ਫੁੱਟ ਦੇ ਕਰੀਬ ਚਲਾ ਗਿਆ। ਲਗਾਤਾਰ ਤੁਹਾਨੂੰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਿਊਜ਼ ਚੈਨਲ ਰਾਹੀਂ। ਇੱਥੇ ਜਿਹੜਾ ਹੁਣ ਬੰਨ ਦਾ ਜਿਹੜਾ ਬਹਾਵ ਹੈ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਹੋ ਗਿਆ, ਕਿਉਂਕਿ ਪਿੱਛੇ ਜਿਹੜਾ ਸੀਗਾ ਬਹੁਤ ਘੱਟ ਗਿਆ। ਪਰ ਜਿਹੜੇ ਲੋਕ ਨੇ ਥੈਲੇ ਲਿਆ ਰਹੇ ਨੇ ਪਿੰਡ ਵਾਸੀਆਂ ਵੱਲੋਂ ਪੂਰੀਆਂ ਜਾਰੀ ਹੈ ਪ੍ਰਬੰਧ। ਤੁਸੀਂ ਦੇਖੋ ਜਾਲ ਇੱਥੇ ਲਿਆਤਾ ਗਿਆ, ਜਾਲ ਰਾਹੀਂ ਜਿਹੜਾ ਹੈਗਾ ਇਹਨੂੰ ਰੋਕਣ ਦੀ ਕੋਸ਼ਿਸ਼ ਕਰੀ ਹੈ, ਉਹ ਪ੍ਰਸ਼ਾਸਨ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਆ। ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਕੁਛ ਲੋਕ ਜਾਲ ਲੈ ਕੇ ਅੱਗੋਂ ਤੋਂ ਵੀ ਆ ਰਹੇ ਨੇ। ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ, D5 ਚੈਨਲ ਪੰਜਾਬੀ।